ਅਨੂਪ ਪ੍ਰਧਾਨ ਜੀ, ਪ੍ਰਬੰਧਕ ਕਮੇਟੀ ਅਤੇ ਸਾਥੀ ਮੈਂਬਰ ਸਾਹਿਬਾਨ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਅੱਜ ਆਪਾਂ ਜੱਗ ਜਾਂਦਿਆਂ ਦੇ ਮੇਲੇ ਪ੍ਰੋਗਰਾਮ ਜੋ ਸ਼ੁਰੂ ਕਰਨ ਜਾ ਰਹੇ ਹਾਂ, ਜੋ ਕਿ ਆਪਣੇ ਬੜੇ ਹੀ ਸਤਿਕਾਰਯੋਗ ਸੀਨੀਅਰ ਮੈਂਬਰ ਅਤੇ ਸਾਬਕਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਸਿੱਧੂ ਹੋਰਾਂ ਵੱਲੋਂ ਕੁਝ ਸਮਾਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਔਰ ਤੁਹਾਡੇ ਸਹਿਯੋਗ ਸਦਕਾ ਇਹ ਬੜਾ ਹੀ ਕਾਮਯਾਬ ਹੋ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਇੰਡੀਆ ਤੋਂ ਵਾਪਸ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀ ਖੁਸ਼ੀ ਆ ਕੇ ਸ਼ਾਮਿਲ ਹੋ ਗਏ ਹੋ, ਇਸ ਤਰ੍ਹਾਂ ਹੀ ਆਪਣੀ ਇਸ ਸੁਸਾਇਟੀ ਦੇ ਵਿੱਚ ਤੁਹਾਡੀ ਸ਼ਮੂਲੀਅਤ ਹੋਣ ਦੇ ਨਾਲ ਬਹੁਤ ਹੀ ਰੌਣਕ ਵਿੱਚ ਵਾਧਾ ਹੋ ਗਿਆ ਹੈ। ਸੋ ਸਾਰਿਆਂ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਇਸ ਸਾਡੀ ਸੁਸਾਇਟੀ ਦੇ ਵਿੱਚ ਆਏ ਹੋ, ਉਹਨਾਂ ਵਾਸਤੇ ਮੈਂ ਤੁਹਾਡਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜੀ ਆਇਆਂ ਆਖਦਾ ਜੀ। ਔਰ ਇਸ ਦੇ ਨਾਲ ਹੀ ਆਪਣੇ ਬੜੇ ਹੀ ਗੁਰਮੁਖ ਔਰ ਬੜੇ ਹੀ ਸੂਝਵਾਨ ਜੋ ਕਿ ਹੁਣੇ ਹੁਣੇ ਮੈਂਬਰ ਬਣੇ ਹਨ ਸੁਸਾਇਟੀ ਦੇ, ਉਹਨਾਂ ਵੱਲੋਂ ਇੱਕ ਧਾਰਮਿਕ ਗੀਤ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੇਰੀ ਮੁਰਾਦ ਹੈ ਸਰਦਾਰ ਪਾਖਰ ਸਿੰਘ ਜੀ ਰੰਧਾਵਾ, ਇਹ ਆਪਣੇ ਹੁਣੇ ਮੈਂਬਰ ਬਣੇ ਆ, ਅਤੇ ਸੋ ਮੈਂ ਇਹਨਾਂ ਵਾਸਤੇ ਤੁਹਾਨੂੰ ਬੇਨਤੀ ਕਰਾਂਗਾ ਕਿ ਜ਼ਰੂਰ ਤਾੜੀਆਂ ਮਾਰੀਆਂ ਜਾਣ। ਸੋ ਪਾਖਰ ਸਿੰਘ ਜੀ ਰੰਧਾਵਾ ਧਾਰਮਿਕ ਗੀਤ ਦੇ ਨਾਲ ਦੀ ਪ੍ਰਬੰਧ ਸ਼ੁਰੂਆਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੇਰੀ ਬੇਨਤੀ ਹੈ ਕਿ ਰੇਡੀਓ ਠੀਕ ਆ, ਕੰਮ ਵਧੀਆ ਕਰ ਰਿਹਾ? ਤਾਂ ਸਭ ਤੋਂ ਪਹਿਲਾਂ ਬੇਨਤੀ ਆ ਕਿ ਉਹਨਾਂ ਗੁਰਮੁਖ ਪਿਆਰਿਆਂ ਨੂੰ, ਉਹਨਾਂ ਸਾਡਿਆਂ ਬਜ਼ੁਰਗਾਂ ਨੂੰ, ਉਹਨਾਂ ਸਾਡਿਆਂ ਵੀਰਾਂ ਨੂੰ ਲੱਖ ਲੱਖ ਪ੍ਰਣਾਮ, ਜਿਹਨਾਂ ਨੇ ਸਾਡੇ ਬਹਿਣ ਵਾਸਤੇ ਮਹਿਲ ਬਣਾ ਕੇ ਦਿੱਤੇ। ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਆਉਣ ਵਾਲੀ ਜਨਰੇਸ਼ਨ ਖੁਸ਼ੀ ਖੁਸ਼ੀ ਆਪਣੇ ਜੀਵਨ ਨੂੰ ਬਤੀਤ ਕਰੇ। ਤੋ ਮੈਂ ਦੋ ਲਾਈਨਾਂ ਕਨੇਡਾ ਵਾਸਤੇ ਪੇਸ਼ ਕਰਨੀਆਂ। ਜਿਹੜੀ ਜ਼ਮੀਨ ਤੋਂ, ਧਰਤੀ ਮਾਂ ਤੋਂ ਆਏ ਹਾਂ, ਵਿਛੜਨੀ ਤਾਂ ਨਹੀਂ ਹੈ ਸਭ ਤੋਂ ਉਹ, ਪਰ ਜਿਹਦਾ ਖਾ ਰਹੇ ਹਾਂ ਮਾੜਾਈ ਨੂੰ ਵੀ ਨਹੀਂ ਕਹਿ ਸਕਦੇ। ਜੁਗੋ ਜੁਗ ਵਸਦਾ ਰਵੇ ਆਪਣਾ ਦੂਜਾ ਦੇਸ਼ ਕਨੇਡਾ, ਜੁਗੋ ਜੁਗ ਵਸਦਾ ਰਵੇ ਆਪਣਾ ਦੂਸਰਾ ਦੇਸ਼ ਕਨੇਡਾ, ਰਾਜ ਰਾਜ ਕੇ ਕਮਾਈਆਂ ਕੀਤੀਆਂ, ਹੁਣ ਗੁਰੂ ਨੂੰ ਬਣਾ ਲਈਏ ਸਹੇਲਾ, ਰੱਜ ਰੱਜ ਕੇ ਕਮਾਈਆਂ ਕੀਤੀਆਂ, ਹੁਣ ਗੁਰੂ ਨੂੰ ਬਣਾ ਲਈਏ ਸਹੇਲਾ। ਹੋ ਮੇਰੇ ਵੀਰਿਓ, ਹੁਣ ਗੁਰੂ ਨੂੰ ਬਣਾ ਲਈਏ ਸਹੇਲਾ। ਤੋ ਕਵਿਤਾ ਹੈ ਮੇਰੀ ਧਾਰਮਿਕ। ਦਾਤੇ ਨੂੰ ਤੇ ਚਾਉ ਰਹਿੰਦਾ, ਦਾਤਾ ਵਰਤਾਉਣ ਦਾ ਸਾਨੂੰ ਨਹੀਂ ਖਿਆਲ ਰਹਿੰਦਾ, ਚੋੜੀਆਂ ਫੈਲਾਉਣ ਦਾ
ਤੂੰ ਹੀ ਦਾਤਾ ਹੈ ਮਿਹਰਬਾਨ ਸਵੇ ਦਾਤਾ ਬਰਤਾ ਰਿਹਾ ਜਿਸ ਨੇ ਜਾਣ ਲਿਆ ਉਹਨੇ ਸੁਖ ਪਾ ਲਿਆ ਤੇਰੀਆਂ ਹੀ ਕੁਦਰਤਾਂ ਨੂੰ ਤੂੰ ਹੀ ਦਾਤਾ ਜਾਣਦਾ ਸਾਨੂੰ ਨਹੀਂ ਖਿਆਲ ਰਹਿੰਦਾ ਝੋਲੀਆਂ ਫੈਲਾਉਣ ਦਾ ਕਰੀ ਕਿਤੇ ਮਿਹਰ ਬਾਬਾ ਮਿਹਰਾਂ ਦਿਆ ਮਾਲਕਾ ਕਰੀ ਕਿਤੇ ਮਿਹਰ ਦਾਤਾ ਮਿਹਰਾਂ ਦਿਆ ਮਾਲਕਾ ਸਮਝ ਲਵੀਂ ਕਰੀਬ ਬੰਦਾ ਤੇਰਾ ਹੀ ਬਾਲਕਾ ਦਿੱਤੀਆਂ ਦਾਤਾਂ ਤੇਰੀਆਂ ਸਭੇ ਦਿੱਤੀਆਂ ਦਾਤਾਂ ਤੇਰੀਆਂ ਸਭੇ ਇਹੋ ਬੰਦਾ ਸੁਖ ਮਾਣਦਾ ਸਾਨੂੰ ਨਹੀਂ ਖਿਆਲ ਰਹਿੰਦਾ ਝੋਲੀਆਂ ਫੈਲਾਉਣ ਦਾ ਦਾਤੇ ਨੂੰ ਤੇ ਚਾਉ ਰਹਿੰਦਾ ਹੈ ਦਾਤਾਂ ਵਰਤਾਉਣ ਦਾ ਸਾਨੂੰ ਨਹੀਂ ਖਿਆਲ ਰਹਿੰਦਾ ਝੋਲੀਆਂ ਫੈਲਾਉਣ ਦਾ ਵਾਹਿਗੁਰੂ।